ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਮਾਣ ਗਣੇ ਸ਼ੇਈ ਇਹ ਆਏ ਸਫਲ ਤਿਨਾ ਕੇ ਕੰਮ ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ ਕੇਸਾ ਕਾ ਕਰ ਚਮਰ ਕਲਾਵਾ ਚਰਮ ਧੂੜ ਮੁਖ ਲਾਈ ਸ਼ਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹੇ ਅਰਾਦਾ ਨਾਨਕ ਮੰਗੈ ਦਾਨ ਪ੍ਰਭ ਰੇਨ ਪੱਗ ਸਾਦਾ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਰਸਨਾ ਕਰੋ ਪਵਿੱਤਰ ਸਰਬੱਤ ਸੰਗਤ ਹਾਜ਼ਰੀ ਲਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਗੁਰਸਿੱਖ ਦੇ ਜੀਵਨ ਬਾਰੇ ਸੰਤਾਂ ਦੇ ਜੀਵਨ ਬਾਰੇ ਸਿਧਾਂਤ ਸਾਨੂੰ ਬੜੇ ਪ੍ਰੇਮ ਦੇ ਨਾਲ ਦਰਸਾਏ ਨੇ। ਆਪ ਜੀ ਕਿਰਪਾ ਕਰਦੇ ਹੋਏ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਿੱਖ ਕੌਣ ਹੁੰਦਾ ਹੈ ਕਿੱਦਾਂ ਪਤਾ ਲੱਗੇ ਕਿ ਸਿੱਖ ਦਾ ਜੀਵਨ ਜਿਸ ਜੀਵਨ ਤੋਂ ਪਤਾ ਲੱਗੇ ਕਿ ਇਹ ਸਿੱਖ ਹੈ ਗੁਰੂ ਕਾ ਮਹਾਂਪੁਰਸ਼ ਹੈ ਤਾਂ ਮਹਾਰਾਜ ਜੀ ਨੇ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਹਰ ਨਾਮ ਧਿਆਵੈ ਉੱਤਮ ਕਰੇ ਭਲਕੈ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੋਖ ਲਹਿ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਵਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਪਵਿੱਤਰ ਸ਼ਬਦ ਦੇ ਵਿੱਚ ਜਿਹੜੀ ਵਿਚਾਰ ਦੱਸੀ ਹੈ ਅੰਮ੍ਰਿਤ ਵੇਲੇ ਉੱਠਣਾ ਗੁਰਬਾਣੀ ਕਹਿੰਦੀ ਹੈ ਭਿੰਨੀ ਰੈਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਗੁਰਬਾਣੀ ਦਾ ਫਰਮਾਨ ਹੈ ਚੌਥੇ ਪਹਿਰ ਸੁਬਾਹ ਕੇ ਸੁਰਤਿਆਂ ਉਪਜੈ ਜਾਓ। ਸੁਰਤਿਆਂ ਮੈਨੇ ਕੋਈ ਜੁੜਿਆ ਹੋਇਆ ਸ੍ਰੇਸ਼ਟ ਪ੍ਰੀਤ ਵਿੱਚ ਰਤਿਆ ਹੋਇਆ ਉਹਨੂੰ ਚਾ ਚੜ੍ਹਦਾ ਵਾ ਚੌਥੇ ਪੈਰ ਬਾਕੀ ਤੇ ਸਾਰੇ ਰਜਾਈ ਘੁੱਟਦੇ ਨੇ। ਚਾ ਚੜੂਗਾ ਕਿਸੇ ਜੁੜੇ ਹੋਏ ਨੂੰ ਚੌਥੇ ਪਹਿਰ ਸੁਬਾਹ ਕੇ ਸੁਰਤਿਆਂ ਉਪਜੈ ਚਾਓ ਤਿਨਾਂ ਦਰਿਆਵਾਂ ਸਿਉਂ ਦੋਸਤੀ ਮਨ ਮੁੱਖ ਸੱਚਾ ਨਾਮ। ਇਸ ਪਵਿੱਤਰ ਧਾਰਨਾ ਤੇ ਜੇ ਕਿਸੇ ਨੂੰ ਮਹਾਂਪੁਰਖਾਂ ਦੇ ਵਿੱਚੋਂ ਚੱਲਦੇ ਹੋਏ ਦੇਖਿਆ ਵਾ ਤਾਂ ਉਹ ਸਤਿਕਾਰੇ ਯੋਗ ਪੰਥ ਰਤਨ ਵਿਦਿਆ ਮਾਰਤੰਡ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਵਿਦਿਆਰਥੀ
ਪੰਜਾਂ ਕਕਾਰਾਂ ਦੀ ਰਹਿਤ ਦੇ ਧਾਰ ਦੇ ਸੱਚ ਸੁੱਚਮ ਵਿਵੇਕ ਦੇ ਧਾਰ ਦੇ ਸ਼੍ਰੀਮਾਨ ਸੰਤ ਬਾਬਾ ਪਰਮਜੀਤ ਸਿੰਘ ਜੀ ਮਾਹਲਪੁਰ ਵਾਲੇ ਉਹਨਾਂ ਨੂੰ ਦੇਖਿਆ। ਇਹਨਾਂ ਬਚਨਾਂ ਉੱਤੇ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਤਕਰੀਬਨ 2 ਘੰਟੇ ਦੀ 4 ਘੰਟੇ ਦੀ ਪੂਰੇ 4 ਵਜੇ ਤੋਂ ਲੈ ਕੇ 12 ਵਜੇ ਤੱਕ ਨਿਤਨੇਮ ਕਰਨਾ। ਧੰਨ ਗੁਰੂ ਰਾਮਦਾਸ ਸਾਹਿਬ ਦੀ ਵਿਚਾਰਧਾਰਾ ਜਿਸ ਉੱਤੇ ਚੱਲਣ ਵਾਲੇ ਜੇ ਕਿਸੇ ਮਹਾਤਮਾ ਦੇ ਮਹਾਂਪੁਰਖ ਦੇ ਦਰਸ਼ਨ ਹੁੰਦੇ ਨੇ ਤਾਂ ਉਹ ਸੰਤ ਪਰਮਜੀਤ ਸਿੰਘ ਜੀ ਇਸ ਧਾਰਨਾ ਵਾਲੇ ਸਨ। ਗੁਰੂ ਸਾਹਿਬ ਦੇ ਦਰਸ਼ਨ, ਗੁਰੂ ਸਾਹਿਬ ਦੇ ਜਿੰਨਾ ਚਿਰ ਪ੍ਰਤੱਖ ਦਰਸ਼ਨ ਨਹੀਂ ਕਰ ਲੈਂਦੇ ਗੁਰੂ ਗ੍ਰੰਥ ਸਾਹਿਬ ਦੇ, ਨਿਯਮ ਤਾਂ ਉਹਨਾਂ ਦਾ ਬੜਾ ਵੱਡਾ ਸੀ, ਪਰ ਫਿਰ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਣਾ। ਸਤਿਗੁਰੂ ਜੀ ਨੇ ਸਿੱਖ ਦਾ ਗੁਰੂ ਦੇ ਨਾਲ ਪ੍ਰੇਮ ਦੱਸਿਆ ਹੈ, ਕਿੰਨਾ ਕੁ ਪ੍ਰੇਮ ਗੁਰੂ ਦੇ ਨਾਲ ਸਿੱਖ ਦਾ ਹੋਣਾ ਚਾਹੀਦਾ ਹੈ। ਆਪਾਂ ਤੇ ਬਹਾਨਾ ਬਣਾ ਲੈਂਦੇ ਹਾਂ ਵੀ ਬਿਮਾਰ ਆ, ਵੇਦ ਨਹੀਂ ਲੱਗਾ, ਬਿਜ਼ੀ ਲਾਈਫ ਆ। ਜਿੰਨਾ ਬੰਦਾ ਮੇਰੇ ਖਿਆਲ ਨਾਲ ਧਰਮ ਤੋਂ ਜਾਣੂ ਹੋਈ ਜਾਂਦਾ ਉਨਾ ਹੀ ਉਹ ਚਤਰ ਤੇ ਚਲਾਕ ਹੋਈ ਜਾਂਦਾ ਹੈ, ਉਨਾ ਹੀ ਮਨ ਬੱਧ ਬੇਈਮਾਨ ਹੋਈ ਜਾਂਦਾ ਹੈ। ਮਹਾਰਾਜ ਜੀ ਨੇ ਸਤਿਗੁਰੂ ਦੇ ਨਾਲ ਸਿੱਖ ਦਾ ਪ੍ਰੇਮ ਦਰਸਾਇਆ, ਝੱਖੜ ਝਾਕੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪਹਿ ਜਾਈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰੂ ਬਿਨ ਮਰ ਜਾਈ। ਹੁਣ ਇੱਥੇ ਗਰੀਬ ਨਵਾਜ ਕਹਿੰਦੇ ਨੇ ਝੱਖੜ ਪੈਣੇ ਤੂਫਾਨ, ਰਸਤੇ ਦੇ ਵਿੱਚ ਸਮੁੰਦਰ ਆ ਜੇ ਤਾਂ ਵੀ ਉਹਦੇ ਵਿੱਚ ਫਲ ਪਵੇ ਗੁਰੂ ਦੇ ਦਰਸ਼ਨ ਵਾਸਤੇ। ਇੱਥੇ ਗੁੰਜਾਇਸ਼ ਨਹੀਂ ਜਿਹੜੇ ਬਹਾਨੇ ਆਪਾਂ ਬਣਾਉਂਦੇ ਹਾਂ ਨਾ, ਅੱਜ ਟਾਈਮ ਨਹੀਂ ਲੱਗਾ, ਅੱਜ ਉੱਠਿਆ ਨਹੀਂ ਗਿਆ, ਅੱਜ ਸਰੀਰ ਨਹੀਂ ਸੀ ਠੀਕ, ਇਹ ਤਾਂ ਗੱਲ ਹੀ ਛੱਡੋ ਤੁਸੀਂ, ਇਹ ਤਾਂ ਬੜੀ ਨਿੱਕੀ ਜਿਹੀ ਗੱਲ ਹੈ। ਉਹ ਕਹਿੰਦੇ ਭਾਵੇਂ ਰਾਹ ਦੇ ਵਿੱਚ ਸਮੁੰਦਰ ਕਿਉਂ ਨਾ ਆ ਜੇ, ਇੰਨਾ ਗੁਰੂ ਨਾਲ ਪ੍ਰੇਮ ਹੋਵੇ। ਜਿਹਦਾ ਪ੍ਰੇਮ ਦੇ ਨਾਲ ਨੇਮ ਨਿਭੀ ਜਾਂਦਾ ਨਾ, ਉਹ ਗੁਰੂ ਘਰ ਦੇ ਵਿੱਚੋਂ ਸਭ ਕੁਝ ਲੈ ਜਾਂਦਾ। ਤੇ ਨੇਮ ਨਿਭਾਉਣਾ ਬੜਾ ਔਖਾ ਵਾ, ਬੜਾ ਕਠਿਨ ਆ, ਕਈ ਗੁੱਸੇ ਕਰਨੇ ਪੈਂਦੇ। ਚੰਗੇ ਭਲੇ ਬੰਦਿਆਂ ਦੇ ਜਦੋਂ ਫੋਨ ਨਹੀਂ ਚੁੱਕਣੇ, ਨੇਮ ਨਿਭਦਾ ਪਿਆ ਤੇ ਗੁੱਸੇ ਦੇ ਅਗਲੇ ਨੇ ਆਉਣਾ ਹੀ ਆ। ਨੇਮ ਨਿਭਾਉਣਾ ਤੇ ਦੁਨੀਆਂ ਨਾਲ ਵੈਰ ਪਾਉਣ ਵਾਲੀ ਗੱਲ, ਕਈ ਕਹਿ ਵੀ ਦਿੰਦੇ ਆ। ਹੋਰ ਵੀ ਗੱਲਾਂ ਨੇ, ਮਹਾਰਾਜ ਜੀ ਨੂੰ ਵੀ ਇਹ ਗੱਲ ਕਹੀ ਗਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵੀ, ਵੀ ਤੁਸੀਂ ਨਾਮ ਜਪਣਾ ਸਵੇਰੇ ਜਪ ਲਿਆ ਕਰੋ। ਇਹ ਕੀ ਮਤਲਬ ਹੋਇਆ ਵੀ ਤੁਸੀਂ ਸਾਰੀ ਦਿਹਾੜੀ ਹੀ ਤੁਹਾਡੇ ਮੁੱਲ ਫਰਕਦੇ ਰਹਿੰਦੇ ਆ, ਨਾਮ ਜਪਦੇ ਆ, ਕੋਈ ਸਵੇਰੇ ਜਪੇ ਕੋਈ ਸ਼ਾਮ ਜਪੇ। ਤਾਂ ਮਹਾਰਾਜ ਜੀ ਨੂੰ ਮਾਤਾ ਜੀ ਨੇ ਫਿਰ ਇਹ ਪ੍ਰਸ਼ਨ ਕੀਤਾ ਵੀ ਤੁਸੀਂ ਕਦੀ ਖਾਣ ਵਾਸਤੇ ਨਹੀਂ ਮੰਗਦੇ, ਕਦੀ ਪਾਉਣ ਵਾਸਤੇ ਨਹੀਂ ਮੰਗਦੇ, ਦੁਨਿਆਵੀ ਬੱਚੇ ਸਭ ਕੁਝ ਮੰਗਦੇ, ਮਾਵਾਂ ਦੀ ਰੀਝ ਹੁੰਦੀ ਹੈ ਉਹ ਪੂਰੀਆਂ ਕਰਕੇ ਆਪਣੇ ਬੱਚਿਆਂ ਦੀ ਖੁਸ਼ ਹੁੰਦੀਆਂ, ਪਰ ਤੁਸੀਂ ਤਾਂ ਮੇਰੇ ਕੋਲ ਕੁਝ ਮੰਗਦੇ ਹੀ ਨਹੀਂ, ਨਾ ਖਾਣਾ, ਨਾ ਪੀਣਾ, ਨਾ ਪਾਉਣਾ, ਨਾ ਪਹਿਨਣਾ, ਨਾ ਹੰਡਾਉਣਾ, ਨਾ ਖੇਡਣਾ। ਇਹਦਾ ਜਵਾਬ ਫਿਰ ਪੰਜਵੇਂ ਪਾਤਸ਼ਾਹ ਨੇ ਆਪਣੀ ਬਾਣੀ 'ਚ ਦਿੱਤਾ। ਆਪਾਂ ਧਾਰਨਾ ਪੜ੍ਹ ਕੇ ਸਮਾਪਤੀ ਕਰੀਏ। ਕੀ ਜਵਾਬ ਦਿੱਤਾ ਪੰਜਵੇਂ ਪਾਤਸ਼ਾਹ ਨੇ? ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ
ਇਹ ਜਵਾਬ ਫਿਰ ਮਾਤਾ ਜੀ ਨੂੰ ਸਤਿਗੁਰੂ ਜੀ ਨੇ ਦਿੱਤਾ, ਤੁਸੀਂ ਰੋਜ਼ ਪੜ੍ਹਦੇ ਹੋ ਆਖਾ ਜੀਵਾਂ ਬਿਸਰੇ ਮਰ ਜਾਓ। ਅਗਲੀ ਗੱਲ ਸਾਡੇ ਸੰਸਾਰੀਆਂ ਵਾਸਤੇ ਆਖਣ ਔਖਾ ਸੱਚ ਤਾਂ ਗਰੀਬ ਨਵਾਜ ਦੇ ਨਾਮ ਦੀ ਕਮਾਈ ਕਰਨ ਵਾਸਤੇ ਮੇਰੇ ਖਿਆਲ ਨਾਲ ਬੜਿਆਂ ਨੂੰ ਨਾਰਾਜ਼ ਕਰਨਾ ਵੀ ਪੈ ਸਕਦਾ ਤੇ ਸੰਸਾਰ ਦੇ ਨਾਲ ਸੰਤਾਂ ਦੀ ਤਾਂ ਕਦੀ ਬਣ ਆਈ ਨਹੀਂ, ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਤਾਂ ਭੁੱਲ ਹੀ ਜਾਵੇ। ਹੁਣ ਦੁਨੀਆ ਕਹਿੰਦੀ ਵੀ ਤੂੰ ਵਿਦੇਸ਼ 'ਚ ਚਲੇ ਜਾ ਪੈਸੇ ਬੜੇ ਬਣਨਗੇ, ਤੂੰ ਨੌਕਰੀ ਕਰ ਲਾ ਪੈਸੇ ਬਣਨਗੇ, ਵਪਾਰ ਕਰ ਲਾ ਪੈਸੇ ਬਣਨਗੇ। ਜਦੋਂ ਮਹਾਰਾਜ ਨੂੰ ਪੁੱਛਿਆ ਮਹਾਰਾਜ ਜੀ ਵੀ ਪੈਸੇ ਚਾਹੀਦੇ ਆ, ਉਹ ਪਤਾ ਕੀ ਕਹਿਣ ਲੱਗੇ, ਹੁਣ ਬਿਲਕੁਲ ਉਲਟ ਗੱਲ ਆ ਜੀ। ਮਹਾਰਾਜ ਕਹਿਣ ਲੱਗੇ ਜਿਸ ਧਨ ਕੋ ਚਾਰ ਕੁੰਟ ਉੱਠਤਾ ਹੈ ਸੋ ਧਨ ਹਰ ਸੇਵਾ ਦੇ ਪਾਵੇ। ਹੁਣ ਇਹ ਪੜੋਗੀ ਦੱਸੋ ਕਿੱਦਾਂ ਪੜੋਗੀ? ਸਾਰੀ ਦੁਨੀਆ ਕਹਿੰਦੀ ਵਪਾਰ ਕਰਕੇ, ਕਾਰੋਬਾਰ ਕਰਕੇ, ਖੇਤੀ ਕਰਕੇ, ਨੌਕਰੀ ਕਰਕੇ ਮਿਲਦੇ ਆ, ਇੱਥੇ ਤੇ ਗੱਲ ਹੀ ਹੋ ਰਹੀ ਹੋਗੀ ਵੀ ਤੇ ਸੇਵਾ ਕਰਦੇ ਹਨ। ਹੁਣ ਸਾਰਾ ਸੰਸਾਰ ਕਹਿੰਦਾ ਮਹਾਰਾਜ ਬਿਲਕੁਲ ਉਲਟ ਚੱਲਦੇ ਆ। ਆ ਕਈ ਬਾਬਾ ਬੁੱਢਾ ਸਾਹਿਬ ਤੇ ਸੰਤਾਂ ਤੇ ਕਿੰਤੂ ਕਰਦੇ ਵੀ ਸੰਤਾਂ ਦੇ ਕੀ ਲੈਣ ਜਾਂਦੇ ਤੁਸੀਂ, ਤੇ ਪੰਕਤੀ ਪੜ੍ਹਦੇ ਆ ਵੀ ਦੱਤਾ ਦਾਤਾ ਏਕ ਹੈ ਸਭ ਕੋ ਦੇਵਣ। ਵੀ ਬਾਬਾ ਬੁੱਢਾ ਸਾਹਿਬ ਪਾਸ ਮਾਤਾ ਗੰਗਾ ਨੂੰ ਕੋਈ ਜਾਣ ਦੀ ਲੋੜ ਨਹੀਂ ਸੀ, ਮਹਾਰਾਜ ਕਹਿੰਦੇ ਦੱਤਾ ਦਾਤਾ ਏਕ। ਤੇ ਜੇ ਕੋਈ ਅੱਗਿਓਂ ਅਗਲੀ ਪੰਕਤੀ ਪੜ੍ਹ ਕੇ ਸੁਣਾ ਦੇ, ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤੇ ਸਦੇ ਬਾਬੇ ਬੁੱਢੇ ਨੂੰ ਦੇਤੀ ਫਿਰ ਕੋਈ ਨਹੀਂ ਬਾਤ। ਤਾਂ ਮਹਾਰਾਜ ਤਾਂ ਬਾਣੀ 'ਚ ਕਹਿੰਦੇ ਆ ਵੀ ਮਿਲਦਾ ਹੀ ਇੱਥੋਂ ਆ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਦੀ ਸੇਵਾ ਲਾ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਹਿੰਦਾ ਸਦਗਾਵੇ, ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਵੇ ਸ਼ੁਰ, ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾਂ ਦੀ ਸਰਨੀ ਕਰੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕ। ਤਾਂ ਨਿਜਮ ਨਿਭਾਉਣਾ ਔਖਾ ਹੈ, ਪਰ ਜਿਨ੍ਹਾਂ ਦਾ ਨਿਭ ਗਿਆ ਉਹ ਪ੍ਰਵਾਨ ਹੋ ਜਾਂਦੇ। ਆਹ ਜਿਹੜਾ ਗੁਰਦੁਆਰਾ ਤੁਸੀਂ ਦੇਖਦੇ ਨਾ ਲਾਲ ਪੱਥਰ ਵਾਲਾ ਬਣਿਆ, ਇਹ ਬਾਬਾ ਜੀ ਨੂੰ ਮਹਾਰਾਜ ਨੇ ਪਹਿਲਾਂ ਦ੍ਰਿਸ਼ਟਾਂਤ ਸੁਪਨੇ 'ਚ ਦਿਖਾਇਆ, ਇਹ ਬਾਅਦ 'ਚ ਬਣਿਆ ਵਾ ਇਹਨਾਂ ਨੇ। ਇਹ ਗੱਲ ਤੇ ਚਲੋ ਮੈਂ ਆਪ ਸੁਣੀ ਆ ਨਾ, ਜਦੋਂ ਇੱਥੇ ਗੱਲ ਚੱਲੀ ਨਾ ਵੀ ਦਰਬਾਰ ਬਣਾਉਣਾ, ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ, ਤਾਂ ਮਹਾਂਪੁਰਸ਼ ਸੰਤ ਜੀ ਤੇ ਸੰਤ ਬਾਬਾ ਪਰਮਜੀਤ ਸਿੰਘ ਜੀ, ਇਹਦੇ ਦਰਬਾਰ ਬਣਾਉਣਾ। ਬਾਬਾ ਜੀ ਕਹਿੰਦੇ ਇੱਦਾਂ ਦਾ ਬਣਾ ਲਈਏ, ਕਹਿੰਦੇ ਨਹੀਂ ਮੈਨੂੰ ਮਹਾਰਾਜ ਨੇ ਦਿਖਾਇਆ ਇੱਦਾਂ ਦਾ ਬਣਾਉਣਾ। ਉਹ ਇੱਕ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਗੁੱਸਾ ਨਾ ਕਰਿਓ, ਜਿਹੜੇ ਸੁਪਨੇ ਸੁਪਨੇ ਹੁੰਦੇ ਆ ਨਾ ਬਦਗੀ ਕਰਨ ਵਾਲਿਆਂ ਨੂੰ, ਉਹਦੇ 90% ਸੱਚੇ ਵੀ ਨਹੀਂ ਹੁੰਦੇ। ਇਹ ਮਨ ਬੜਾ ਸ਼ੈਤਾਨ ਹੈ, ਦਿਖਾਉਣ ਵੀ ਲੱਗ ਪੈਂਦਾ ਵੀ ਤੂੰ ਹੁਣ ਸੰਤ ਹੋ ਗਿਆ, ਇਹ ਬੜਾ ਸਾਵਧਾਨ ਰਹਿਣਾ ਪੈਂਦਾ ਹੈ। ਕਿਉਂ ਬਦਗੀ ਕਰਨ ਵਾਲਿਆਂ ਦੀ ਅਵਸਥਾ 'ਚ ਸੁਪਨੇ ਤਾਂ ਆਉਣਾ ਹੀ ਆ ਉਹਨਾਂ ਨੂੰ ਚੰਗੇ, ਪਰ ਜ਼ਰੂਰੀ ਨਹੀਂ ਵੀ ਉਹ ਸੱਚ ਹੀ ਹੋਊਗਾ, 90% ਇਹ ਸੱਚ ਨਹੀਂ ਹੁੰਦੇ, ਬਹੁਤ ਘੱਟ ਸੱਚ ਹੁੰਦੇ। ਪਰ ਜਿਹੜਾ ਦ੍ਰਿਸ਼ਟਾਂਤ ਮਹਾਰਾਜ ਦਿਖਾਉਣਗੇ ਜਾਂ ਸ਼ਹੀਦ ਸਿੰਘ ਦਿਖਾਉਣਗੇ, ਉਹਦਾ ਫਰਕ ਇਹ ਹੋਊਗਾ ਵੀ ਉਹ ਸੱਚ ਹੋਊਗਾ। ਉਹ ਭਾਵੇਂ 10 ਸਾਲਾਂ ਬਾਅਦ ਸੱਚ ਹੋਵੇ, ਉਹ ਭਾਵੇਂ 20 ਸਾਲਾਂ ਬਾਅਦ ਸੱਚ ਹੋਵੇ, ਸੱਚ ਹੋਊਗਾ, ਇੰਨਾ ਫਰਕ ਹੁੰਦਾ ਬਦਗੀ। ਤਾਂ ਜਦੋਂ ਇਹ ਦਰਬਾਰ ਬਣ ਗਿਆ, ਚਲੋ ਸੰਤ ਮਹਾਂਪੁਰਖ ਚੜ੍ਹਾਈ ਕਰ ਗਏ। ਅੱਜ ਫਿਰ ਜਦੋਂ ਥੋੜ੍ਹੇ ਜਿਹੇ ਸਮੇਂ ਬਾਅਦ ਜਦੋਂ ਬਾਬਾ ਜੀ ਆਏ, ਮੈਂ ਵੀ ਨਾਲ ਆਇਆ, ਤਾਂ ਕਹਿੰਦੇ ਸੰਤਾਂ ਦੀ ਬੰਦਗੀ ਕਿੰਨੀ ਸੀ, ਆਹ ਦਰਬਾਰ ਜਿਹੜਾ ਹੁਣ ਬਣਿਆ ਉਹ ਤਾਂ ਪਹਿਲਾਂ ਮਹਾਰਾਜ ਨੇ ਦਿਖਾਇਆ ਇੱਦਾਂ ਦਾ ਬਣਿਆ। ਇਹ ਕੋਈ ਅੱਤ ਕਥਨੀ ਨਹੀਂ, ਕੋਈ ਝੂਠ ਨਹੀਂ, ਇਹ ਗੱਲ ਮੂੰਹ ਦੇ ਨਾਲ ਸੰਤਾਂ ਤੋਂ ਆਪਣੇ ਕੰਨੀ ਸੁਣੀ ਸੀ ਵੀ ਇੱਦਾਂ ਅਸੀਂ ਬਣਾਉਣਾ। ਤਾਂ ਜਿਹਦਾ ਨਿਯਮ ਨਿਭ ਗਿਆ ਸਾਧ ਸੰਗਤ ਜੀ, ਉਹਦਾ ਸਭ ਕੁਝ ਸਫਲ ਹੋ ਜਾਂਦਾ। ਗੱਲ ਤਾਂ ਸਾਰੀ ਨਿਯਮ ਦੀ ਹੈ, ਨਾਮ ਜਪਣਾ ਤਾਂ ਬੀਮਾ ਕਰਾਉਣਾ। ਬੀਮੇ ਦਾ ਮਤਲਬ ਤੁਸੀਂ ਸਮਝਦੇ ਹੀ ਆ ਨਾ, ਜਦੋਂ ਮਰਜ਼ੀ ਮਰੇ ਘਰ ਵਾਲਿਆਂ ਨੂੰ ਨੁਕਸਾਨ ਨਹੀਂ ਹੋਊ,
ਨਾਮ ਜਪਣਾ ਤੇ ਬੀਮਾ ਕਰਾਉਣਾ, ਜਦੋਂ ਮਰਜ਼ੀ ਮਰੋ, ਜਵਾਨੀ ਮਰੋ, ਬੁਢੇਪੇ ਮਰੋ, ਜਿਹੜਾ ਨਾਮ ਜਪ ਕੇ ਜਾਊਗਾ ਨੁਕਸਾਨ ਨਹੀਂ ਹੋਈ। ਨਿਯਮ ਦੀ ਗੱਲ ਕਰਕੇ ਸਮਾਪਤੀ ਕਰਾਂ। ਬੜਾ ਸੋਹਣਾ ਅਖਾਣ ਹੁੰਦਾ ਹਿੰਦੀ ਦੇ ਸਾਹਿਤ ਵਿੱਚ, ਕਰਤ ਕਰਤ ਅਭਿਆਸ ਕੇ ਜੜਮਤੀ ਹੋਤ ਸੁਜਾਨ, ਰਸਰੀ ਆਵਤ ਜਾਤ ਤੇ ਸਿਰ ਪਰ ਫੜਤ ਨਿਸ਼ਾਨ। ਅਭਿਆਸ ਤਾਂ ਕੋਮਲ ਰੇਸ਼ਿਆਂ ਤੋਂ ਬਣੀ ਹੋਈ ਰੱਸੀ ਨਾਲ ਪੱਥਰ ਤੇ ਨਿਸ਼ਾਨ ਪਾ ਦਿੰਦਾ, ਲਕੀਰਾਂ ਖਿੱਚ ਦਿੰਦਾ। ਹਿਰਦਾ ਕੀ ਆ? ਕੁਝ ਵੀ ਹਿਰਦੇ ਤੇ ਕਿਉਂ ਨਾ ਅਸਰ ਪਵੇ। ਜਿਵੇਂ ਦੋ ਜਾਣੇ ਨਾ ਨਦੀ ਤਰ ਕੇ, ਨਦੀ ਲੰਘ ਕੇ ਤਰ ਕੇ ਤੇ ਇੱਕ ਪੂਜਾ ਕਰਨ ਜਾਂਦਾ ਸੀ ਭਗਵਾਨ ਸ਼ਿਵ ਜੀ, ਦੂਜਾ ਵੀ ਬੜਾ ਉਤਰਾ ਸੀ, ਉਹ ਪੂਜਾ ਕਰਨ ਨਹੀਂ ਸੀ ਜਾਂਦਾ, ਨਦੀ ਉਹ ਵੀ ਤਰਦਾ ਸੀ, ਟੱਪਦਾ ਸੀ, ਕੱਪੜੇ ਵੀ ਭਿਉਂਦਾ ਸੀ, ਸਭ ਕੁਝ ਕਰਦਾ ਸੀ ਤੇ ਵੱਟ ਕੇ ਰੋੜਾ ਮਾਰਦਾ ਸੀ ਜਾਂ ਇੱਟ ਮਾਰ ਕੇ ਆਉਣੀ ਉਹਨੇ ਵੀ ਚੱਲ ਲਈ। ਹੁਣ ਮੈਨੂੰ ਦੱਸਿਓ ਵੀ ਰੱਬ ਇੱਟ ਮਾਰਨ ਵਾਲੇ ਤੇ ਖੁਸ਼ ਹੋਊਗਾ ਕਿ ਪੂਜਾ ਕਰਨ ਵਾਲੇ ਤੇ ਖੁਸ਼ ਹੋਊਗਾ? ਤਾਂ ਗੱਲ ਸਿੱਧੀ ਜੀ ਹੈ ਵੀ ਪੂਜਾ ਕਰਨ ਵਾਲੇ ਤੇ ਖੁਸ਼ ਹੋਊਗਾ ਭਗਵਾਨ ਸ਼ਿਵ ਮਹਾਰਾਜ ਭੋਲੇ ਨੇ, ਪੂਜਾ ਕਰਨ ਵਾਲੇ ਤੇ ਖੁਸ਼ ਹੋ। ਹੁਣ ਦੋਵਾਂ ਨੂੰ 12 ਸਾਲ ਹੋ ਗਏ ਨੇ, ਇੱਕ ਵਾਰੀ ਸਰੀਰ ਨੇ ਢਲਿਆਈ ਦਿਖਾਈ, ਉਧਰੋਂ ਹੜ੍ਹ ਆ ਗਿਆ, ਨਦੀ ਦੇ ਵਿੱਚ ਹੜ੍ਹ ਚੜਿਆ ਹੈ, ਨਦੀ ਬਹੁਤ ਚੜੀ ਹੈ, ਸਰੀਰ ਢਿੱਲਾ ਪੈ ਗਿਆ, ਸਿਆਲਾਂ ਦੀ ਰੁੱਤ ਆ। ਜਿਹੜਾ 12 ਸਾਲ ਹੋ ਗਏ ਸੀ ਜਿਹਨੂੰ ਪੂਜਾ ਕਰਨ ਨੂੰ, ਉਹਦਾ ਮਨ ਬੇਈਮਾਨੀ ਕਰ ਗਿਆ, ਆਲਸ ਕਰ ਗਿਆ, ਪ੍ਰਮਾਦੀ ਹੋ ਗਿਆ, ਉਹਨੇ ਆਖਿਆ ਛੱਡ ਖੜਾ ਕੱਲ ਨੂੰ ਚੱਲੋ। ਤੇ ਜਿਹਨੇ ਇੱਟ ਮਾਰਨੀ ਸੀ ਨਾ, ਉਹ ਉਦਣ ਵੀ ਗੋਤੇ ਗਾਤੇ ਖਾਂਦਾ ਲੱਗ ਹੀ ਗਿਆ ਕੰਢੇ ਦੇ, ਤੇ ਲੱਗਾ ਥੋੜ੍ਹਾ ਦੂਰ ਜਾ ਕੇ। ਅੱਜ ਲੱਗ ਕੇ ਜਾ ਕੇ ਜਦੋਂ ਉਹਨੇ ਇੱਟ ਮਾਰ ਲੱਗਾ, ਮਹਾਰਾਜ ਪ੍ਰਗਟ ਹੋ ਕੇ ਮਿਲ, ਚਲੋ ਕਰਮ ਦਾ ਫਲ ਤਾਂ ਮਿਲੂਗਾ, ਇੱਟ ਮਾਰਦਾ ਸੀ ਦੁੱਖ ਤੇ ਭੋਗੂਗਾ, ਪਰ ਮਿਲੇ ਮਿਲੇ ਉਹਨੂੰ ਜਿਹਨੇ ਨਿਯਮ ਨਹੀਂ ਤੋੜੇ। ਤਾਂ ਇੱਥੇ ਇਹ ਸਾਖੀ ਜਿਹੜੀ ਹੈ ਸੰਤਾਂ ਨੇ ਨਿਯਮ ਦੇ ਉੱਤੇ ਬਣਾਈ। ਤਾਂ ਜਿਹਨਾਂ ਜਿਹਦਾ ਨਿਯਮ ਨਿਭ ਗਿਆ ਉਹਦਾ ਸਭ ਕੁਝ ਨਿਭ ਗਿਆ, ਤੇ ਜਿਹਦਾ ਨਿਯਮ ਨਹੀਂ ਨਿਭਦਾ ਹੈ ਉਹਦੇ ਵਾਸਤੇ ਫਿਰ ਮਹਾਰਾਜ ਜੀ ਅੱਗੇ ਅਰਦਾਸਾਂ ਬੇਨਤੀਆਂ ਹੀ ਕਰਨੀਆਂ ਚਾਹੀਦੀਆਂ ਹਨ ਕਿ ਕਿਰਪਾ ਕਰਕੇ ਰਵਾ ਲੈਣ। ਤਾਂ ਮੈਂ ਤਾਂ ਆਪਣੀ ਅੱਖਾਂ ਨਾਲ ਵੇਖਿਆ ਵੀ ਸੰਤਾਂ ਮਹਾਂਪੁਰਖਾਂ ਦਾ ਨਿਯਮ ਦਿਵਿਆ। ਇਸ ਕਰਕੇ ਬੜੇ ਦ੍ਰਿਸ਼ਟਾਂਤ ਗੁਰਦੁਆਰੇ ਦਾ ਨਹੀਂ, ਹੋਰ ਵੀ ਗੱਲਾਂ ਕਈ ਉਹਨਾਂ ਨੂੰ ਦ੍ਰਿਸ਼ਟਾਂਤ 'ਚ ਹੋ ਜਾਂਦੀਆਂ, ਕਿਉਂ ਵੱਡੇ ਮਹਾਂਪੁਰਖਾਂ ਦੀ ਕਥਾ ਸੁਣਦੇ ਪ੍ਰੇਮ ਨਾਲ ਹੱਥ ਜੋੜ ਕੇ, ਕਈ ਵਾਰੀ ਬੈਠੇ ਰਹਿਣਾ, ਕਈ ਵਾਰੀ ਖਲੋ ਜਾਣਾ, ਪ੍ਰੇਮ ਦੇ ਵਿੱਚ ਆ ਜਾਣਾ। ਤਾਂ ਐਸੀ ਮਹਾਂਪੁਰਖਾਂ ਦੀ ਉਹਨਾਂ ਉੱਪਰ ਕਿਰਪਾ ਸੀ। ਸੋ ਗੁਰੂ ਸਾਹਿਬ ਵੀ ਉਹਨਾਂ ਵਰਗਾ ਜੀਵਨ ਬਣਾਉਣ ਦੀ ਜਾਚ ਬਖਸ਼ਿਸ਼ ਸਾਰਿਆਂ ਉੱਤੇ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਕਾਰਯੋਗ ਮਾਤਾ ਜਸਪ੍ਰੀਤ ਕੌਰ ਜੀ, ਉਹਨਾਂ ਦੇ ਸਮੁੱਚੇ ਹੀ ਸੇਵਾਦਾਰ ਸੰਗੀ ਸਾਥੀ ਸਾਰਿਆਂ ਦਾ ਹੀ ਧੰਨਵਾਦ, ਸਟੇਜ 'ਤੇ ਬੈਠੇ ਸੰਤ ਮਹਾਂਪੁਰਖ ਉਹਨਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਬਾਬਾ ਜੀਵਾ ਸਿੰਘ ਜੀ ਬੋਲੇ ਸੋਨਿਹਾ, ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਕਿ ਬਾਬਾ ਜੀ ਨੇ ਵਾਅਦਾ ਕੀਤਾ ਸੀ ਕਿ ਜ਼ਰੂਰ ਪਹੁੰਚਣਾ ਹੈ।